ਜ਼ਿਲ੍ਹਾ ਖੰਨਾ ਚ ਪੈਂਦੇ ਵਿਧਾਨ ਸਭਾ ਖੇਤਰ ਪਾਇਲ ਦੇ ਲੋਕ ਪਿਛਲੇ 3 ਦਿਨਾਂ ਤੋਂ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ, ਜਿਸ ਦੇ ਬਾਅਦ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਖਿਲਾਫ ਪਾਇਲ ਵਾਸੀਆਂ ਨੇ ਅੱਜ ਐਸਪੀ ਦਫ਼ਤਰ ਦੇ ਬਾਹਰ ਖਾਲੀ ਬਾਲਟੀਆਂ ਲੈ ਕੇ ਨਾਅਰੇਬਾਜ਼ੀ ਕੀਤੀ ਤੇ ਪ੍ਰਦਰਸ਼ਨ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਪਾਣੀ ਦੀ ਸਪਲਾਈ ਦੇ ਲਈ ਪਾਇਲ 'ਚ 3 ਮੋਟਰਾਂ ਲੱਗੀਆਂ ਨੇ, ਜਿਨ੍ਹਾਂ 'ਚੋਂ ਹੁਣ ਸਿਰਫ ਇੱਕ ਹੀ ਮੋਟਰ ਕੰਮ ਕਰ ਰਹੀ ਹੈ, ਪਰ ਉਹ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਈ ਵਾਰੀ ਜਾਣੂ ਕਰਵਾਇਆ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਇਸ਼ੂ ਹੈ ਜੀ, ਪਾਣੀ ਦੀ ਵੱਡੀ ਪ੍ਰੋਬਲਮ ਆ ਪੈਰ ਸ਼ਹਿਰ ਦੇ ਵਿੱਚ। 3 ਦਿਨ ਹੋ ਗਏ ਸ਼ਹਿਰ ਦੇ ਵਿੱਚ ਪਾਣੀ ਦੀ ਬੂੰਦ ਨਹੀਂ ਹੈਗੀ। ਲੋਕ ਤਰ੍ਹਾਂ ਤਰ੍ਹਾਂ ਕਰਦੇ ਨੇ, ਜਾਨਵਰ ਪਸ਼ੂ ਤਰ੍ਹਾਂ ਤਰ੍ਹਾਂ ਕਰਦੇ ਨੇ, ਪਰ ਇੱਥੇ ਦਾ ਜਿਹੜਾ ਲੋਕਲ ਪ੍ਰਸ਼ਾਸਨ ਆ ਇਹ ਅੱਖਾਂ ਮਿੱਟੀ ਬੈਠਾ, ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਸ਼ਹਿਰ ਦੀ ਕੀ ਸਮੱਸਿਆ ਕੀ ਨਹੀਂ ਸਮੱਸਿਆ। ਜਦੋਂ ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਮੰਗ ਨੂੰ ਸੰਬੰਧਿਤ ਵਿਭਾਗ ਨੂੰ ਲਿਖ ਕੇ ਭੇਜ ਦਿੱਤਾ ਗਿਆ ਤੇ ਜਲਦ ਹੀ ਇਸ ਸਮੱਸਿਆ ਦਾ ਸਮਾਧਾਨ ਕੀਤਾ ਜਾਵੇਗਾ। ਵਾਟਰ ਸਪਲਾਈ ਦੇ ਸੰਬੰਧ 'ਚ ਕੁਛ ਲੋਕ ਥੱਲੇ ਐਸਡੀਐਮ ਆਫਿਸ ਦੇ ਬਾਹਰ ਆਏ ਸੀ ਇਕੱਠੇ ਹੋ ਕੇ ਪਿੰਡ ਆਪਣੇ ਸ਼ਹਿਰ ਪਾਇਲ ਦੇ। ਉਹਨਾਂ ਨੂੰ ਕੋਈ ਪ੍ਰੋਬਲਮ ਸੀ ਵੀ 2-3 ਦਿਨ ਤੋਂ ਕੋਈ ਵਾਟਰ ਸਪਲਾਈ ਦੀ ਪ੍ਰੋਬਲਮ ਆ ਰਹੀ ਹੈ। ਕਹਿ ਉਹ ਜਿਵੇਂ ਉਹ ਦੱਸ ਰਹੇ ਸੀ, ਉਹ ਕਹਿ ਰਹੇ ਸੀ ਵੀ ਮੋਟਰ ਫੁੱਕੀ ਹੋਈ ਹੈ ਜਿਹੜੀ ਵਾਟਰ ਸਪਲਾਈ ਵਾਲੀ, ਅਤੇ ਉਹ ਦੱਸ ਕੇ ਗਏ ਨੇ ਅਤੇ ਅਸੀਂ ਅੱਜ ਹੀ ਉਹਦਾ ਜੋ ਵੀ ਬਣਦਾ ਰਿਟਰਨ ਵੀ ਬੇਨਤੀ ਕਰ ਦਾਂਗੇ ਅਤੇ ਉਹਨਾਂ ਨੂੰ ਕਹਿ ਕੇ ਵੀ ਪੀ ਓ ਸਾਹਿਬ ਨੂੰ ਅਤੇ ਵਾਟਰ ਸਪਲਾਈ ਵਾਲੇ ਐਕਸ਼ਨ ਸਾਹਿਬ ਨੂੰ ਕਹਿ ਕੇ ਉਹਦਾ ਛੇਤੀ ਉਹਨਾਂ ਨੂੰ ਕਹਿੰਦੇ ਜਿੰਨਾ ਜਲਦੀ ਹੋ ਸਕੇ, ਕਿਉਂਕਿ ਬੇਸਿਕ ਕਮਿਊਨਿਟੀ ਆ ਉਹਦੇ ਲਈ ਤਾਂ ਮਤਲਬ ਜਿੰਨਾ ਜਲਦੀ ਹੋ ਸਕੇ ਉਹਦਾ ਹੱਲ ਕਰੋ। ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।